ਉਹਦੇ ਵਿੱਚ ਚਾਹੇ ਜਿਹੜਾ ਇੰਸੀਡੈਂਟ ਹੈ ਉਹ ਰੇਲਵੇ ਦੇ ਕਾਰਨ ਨਾ ਵੀ ਹੋਇਆ ਹੋਵੇ, ਤਾਂ ਵੀ ਚੀਫ ਕਮਿਸ਼ਨਰ ਰੇਲਵੇ ਸੇਫਟੀ ਅਗਰ ਚਾਹਣ ਤਾਂ ਇਸ ਕੇਸ ਦੀ ਇਨਕੁਆਇਰੀ ਉਹ ਕਰ ਸਕਦੇ। ਇਹਦੇ ਵਿੱਚ ਕੋਈ ਵੀ ਪਹਿਲੂ ਜਿਹੜਾ ਉਹ ਨਜ਼ਰਅੰਦਾਜ਼ ਨਹੀਂ ਕੀਤਾ। ਮੇਰਾ ਨਾਮ ਦੀਪਕ ਕੁਮਾਰ ਹੈ ਔਰ ਮੈਂ CPRO ਚੀਫ ਪਬਲਿਕ ਰਿਲੇਸ਼ਨ ਆਫਿਸਰ ਨੌਰਦਰਨ ਰੇਲਵੇ, ਔਰ ਅੱਜ ਮੈਂ ਤੁਹਾਡੇ ਸਾਹਮਣੇ ਆਇਆ ਇਸ ਕਰਕੇ ਤੁਹਾਨੂੰ ਇਹ ਇਨਫੋਰਮ ਕਰਨ ਲਈ ਕਿ ਕਮਿਸ਼ਨਰ ਆਫ ਰੇਲਵੇ ਸੇਫਟੀ ਸ਼੍ਰੀ SK ਪਾਠਕ ਜੀ, ਅੱਜ ਅੰਮ੍ਰਿਤਸਰ ਜਿਹੜਾ ਹਾਦਸਾ ਹੋਇਆ ਸੀਗਾ ਸ਼ਹਿਰਾਂ ਦੇ ਉੱਤੇ ਹਾਦਸਾ, ਉਹਦੀ ਇਨਕੁਆਇਰੀ ਅੱਜ ਅੰਮ੍ਰਿਤਸਰ ਦੇ ਵਿੱਚ ਜਿਹੜੀ ਵਰਕਸ਼ਾਪ ਹੈ ਉਹਦੇ ਵਿੱਚ ਕਰ ਰਹੇ ਨੇ। ਔਰ ਇਹਦੀ ਬੈਕਗਰਾਊਂਡ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅਸੀਂ ਮਾਨਯ ਰੇਲ ਮੰਤਰੀ ਜੀ ਨੂੰ ਸ਼੍ਰੀ ਔਜਲਾ ਜਿਹੜੇ ਕਿ ਲੋਕ ਸਭਾ MP ਨੇ ਅੰਮ੍ਰਿਤਸਰ ਤੋਂ, ਔਰ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਰਾਜ ਸਭਾ ਦੇ, ਉਹਨਾਂ ਨੇ ਰਿਪ੍ਰਜੈਂਟ ਕੀਤਾ ਸੀਗਾ ਕਿ ਇਹ ਵੱਡੀ ਤਰਸਦੀ ਹੈ। ਔਰ ਉਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਮਾਨਯ ਮੰਤਰੀ ਜੀ ਨੇ, ਰੇਲ ਮੰਤਰੀ ਜੀ ਨੇ ਇਹ ਰਿਕਮੈਂਡ ਕੀਤਾ ਸੀਗਾ ਕਿ ਚੀਫ ਕਮਿਸ਼ਨਰ ਰੇਲਵੇ ਸੇਫਟੀ ਜਿਹੜਾ ਇਹਦੀ ਇਨਕੁਆਇਰੀ ਕਰੇ, ਔਰ ਚੀਫ ਕਮਿਸ਼ਨਰ ਰੇਲਵੇ ਸੇਫਟੀ ਜਿਹੜੇ ਨੌਰਦਰਨ ਸਰਕਲ ਨੇ ਸ਼੍ਰੀ SK ਪਾਠਕ ਜੀ, ਉਹ ਇਸ ਦੀ ਇਨਕੁਆਇਰੀ ਕਰ ਰਹੇ ਨੇ। ਇਹਦੇ 'ਚ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਕਿ ਜੋ ਰੂਲ 113 ਔਰ 114 ਹੈ, ਰੇਲਵੇ ਐਕਟ 1989 ਹੈ, ਉਹਦੇ ਵਿੱਚ ਚਾਹੇ ਜਿਹੜਾ ਇੰਸੀਡੈਂਟ ਹੈ ਉਹ ਰੇਲਵੇ ਦੇ ਕਾਰਨ ਨਾ ਵੀ ਹੋਇਆ ਹੋਵੇ, ਤਾਂ ਵੀ ਚੀਫ ਕਮਿਸ਼ਨਰ ਰੇਲਵੇ ਸੇਫਟੀ ਅਗਰ ਚਾਹਣ ਤਾਂ ਇਸ ਕੇਸ ਦੀ ਇਨਕੁਆਇਰੀ ਉਹ ਕਰ ਸਕਦੇ ਨੇ। ਔਰ ਇਸੇ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਅੱਜ ਜਿਹੜੀ ਹੈ ਉਹ ਇਨਕੁਆਇਰੀ ਚੱਲ ਰਹੀ ਹੈ, ਔਰ ਉਹਦੇ ਵਿੱਚ ਜਿੰਨੇ ਵੀ ਕੰਸਰਨ ਲੋਕ ਨੇ, ਚਾਹੇ ਉਹ ਇੰਜੀਨੀਅਰਿੰਗ ਡਿਪਾਰਟਮੈਂਟ ਹੈ, ਚਾਹੇ ਉਹ ਲੋਕੋ ਪਾਇਲਟ ਹੈ ਜਾਂ ਗਾਰਡ ਹੈ ਜਾਂ ਗੇਟਮੈਨ ਹੈ ਜਾਂ ਜਿੰਨੇ ਵੀ ਰਿਲੇਟਡ ਜਾਂ ਸਟੇਟ ਗਵਰਨਮੈਂਟ ਦੇ ਲੋਕ ਨੇ, ਜਿੰਨੇ ਵੀ ਲੋਕ ਨੇ ਔਰ ਜੋ ਹੋਰ ਵੀ ਬੰਦਾ ਜੋ ਪ੍ਰਾਈਵੇਟ ਬੰਦਾ ਵੀ ਆ ਕੇ ਧਿਆਨ ਦੇਣਾ ਚਾਹੁੰਦਾ, ਉਹਨਾਂ ਸਾਰਿਆਂ ਦੇ ਬਿਆਨ ਲਏ ਜਾਣਗੇ ਔਰ ਉਹਦੀ ਡਿਟੇਲ ਇਨਕੁਆਇਰੀ ਜਿਹੜੀ ਹੈ ਉਹ ਕਮਿਸ਼ਨਰ ਆਫ ਰੇਲਵੇ ਸੇਫਟੀ ਕਰ ਰਹੇ ਨੇ। ਇਨੀਸ਼ੀਅਲੀ ਅੱਜ ਅਤੇ ਕੱਲ੍ਹ ਦੇ ਵਿੱਚ ਉਹ ਲਗਾਤਾਰ ਇਨਕੁਆਇਰੀ ਚੱਲੇਗੀ। ਜੀ, ਕਿੰਨੇ ਲੋਕਾਂ ਦੇ ਬਿਆਨ ਹੋਏ ਨੇ ਹਾਲੇ ਤੱਕ? ਅਜੇ ਤੱਕ ਕਰੀਬ 5 ਲੋਕਾਂ ਦੇ ਬਿਆਨ ਹੋ ਚੁੱਕੇ ਨੇ। ਕਿਹੜੇ? ਦੇਖੋ, ਉਹ ਰੇਲਵੇ ਦੇ ਅਧਿਕਾਰੀ ਨੇ ਸਾਰੇ, ਚਾਹੇ ਉਹ RPF ਹੈ, ਚਾਹੇ ਉਹ ਸਿਕਿਉਰਿਟੀ ਨਾਲ ਰਿਲੇਟਡ ਆਫਿਸਰਸ ਨੇ ਜਾਂ ਪਰਿਚਾਲਨ ਨਾਲ ਹੈ ਜਾਂ ਉਹ ਲੋਕੋ ਪਾਇਲਟ ਹੈ, ਉਹਨਾਂ ਲੋਕਾਂ ਦੀ ਇਨਕੁਆਇਰੀ 5-6 ਲੋਕਾਂ ਦੀ ਇਨਕੁਆਇਰੀ ਹੋ ਰਹੀ ਹੈ ਔਰ ਇਹ ਲਗਾਤਾਰ ਚੱਲ ਰਹੀ। ਅਜੇ ਆਏ ਨੇ ਬਟ ਹਾਲੇ ਉਹਨਾਂ ਦੀ ਬਿਆਨ ਨਹੀਂ ਹੋਏ। ਹਾਂਜੀ, ਨਹੀਂ ਆਏ ਹੋਏ ਨੇ। ਇਹ ਦੇਖੋ ਜੀ, ਇਹਨੂੰ ਸਾਰੇ ਐਂਗਲ ਤੋਂ ਦੇਖਿਆ ਜਾਏਗਾ, ਇਹ ਕੰਪਲੀਟ ਇਨਕੁਆਇਰੀ ਹੈ, ਇਹਦੇ ਵਿੱਚ ਕੋਈ ਵੀ ਪਹਿਲੂ ਜਿਹੜਾ ਉਹ ਨਜ਼ਰਅੰਦਾਜ਼ ਨਹੀਂ ਕੀਤਾ ਜਾਏਗਾ। ਅੱਜ CRS ਦੀ ਇਨਕੁਆਇਰੀ ਚੱਲ ਰਹੀ ਹੈ ਰੇਲਵੇ ਵਰਕਸ਼ਾਪ ਦੇ ਵਿੱਚ, ਔਰ ਮੈਂ ਵੀ ਐਜ ਏ ਰੀਪ੍ਰਜੈਂਟੇਟਿਵ ਲੋਕਾਂ ਦਾ ਬਣਾਇਆ, ਉਹਨਾਂ ਨਾਲ ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ ਕਿ ਕੋਈ ਨੁਕਤੇ ਰਹਿ ਨਾ ਜਾਣ, ਔਰ ਇਹਦੇ ਵਾਸਤੇ ਮੈਂ ਅੱਜ ਆਪ ਖੁਦ ਪੇਸ਼ ਹੋ ਕੇ ਲਿਖਤੀ ਤੌਰ 'ਤੇ ਉਹਨਾਂ ਤੋਂ ਮੰਗ ਕੀਤੀ ਆ ਕਿ ਦਿਨ ਬਹੁਤ ਹੋ ਗਏ ਨੇ। ਇਹ ਜਿਹੜੀ ਇਨਕੁਆਇਰੀ ਸੀ ਇਹ ਪਹਿਲੇ ਦਿਨ ਹੀ ਲਾ ਦੇਣੀ ਚਾਹੀਦੀ ਸੀ, ਸਾਡੇ ਸਟੇਟ ਮਿਨਿਸਟਰ ਆਏ ਸੀ ਪਰ ਪਤਾ ਨਹੀਂ ਕੀ ਕਾਰਨ ਹੈ ਕਿ ਉਹ ਰਿਲੀਫ ਦੇਣ ਦੀ ਬਜਾਏ ਲੋਕਾਂ ਨੂੰ ਜ਼ਖਮਾਂ ਦੇ ਉੱਤੇ ਨਮਕ ਛਿੜਕਣ ਦਾ ਕੰਮ ਕੀਤਾ, ਵੀ ਇਹ ਬਿਲਕੁਲ ਕਲੀਨ ਚਿੱਟ ਦੇ ਗਏ। ਔਰ ਮੈਂ ਧੰਨਵਾਦੀ ਹਾਂ, ਮੈਂ ਜਾ ਕੇ ਜਦੋਂ ਅਪਰੋਚ ਕੀਤੀ ਹੈ ਕੈਬਨਿਟ ਮਿਨਿਸਟਰ ਜਿਹੜੇ ਸੀ ਪਿਊਸ਼ ਜੀ ਦੇ ਨਾਲ, ਅਤੇ ਉਹਨਾਂ ਦੇ ਨਾਲ ਜਿਹੜੇ ਸਿਵਲ ਐਵੀਏਸ਼ਨ ਮਿਨਿਸਟਰ ਆ, ਉਹਨਾਂ ਦੇ ਰਾਹੀਂ ਇਹ ਸਾਰਾ ਕੁਝ ਇਨਕੁਆਇਰੀ ਅੱਜ ਬਹਾਲ ਹੋਈ ਹੈ। ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ, 1 ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ, ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ, ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ, ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ, ਹਰ ਸਮੱਸਿਆ ਦਾ ਹੱਲ 101% ਗਾਰੰਟੀ ਦੇ ਨਾਲ ਕਰਾਂਗੇ, ਕਾਲੇ ਇਲਮ ਦਾ ਸਮਾਧਾਨ ਗਾਰੰਟੀ ਦੇ ਨਾਲ ਕਰਾਓ, ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ, ਸੰਪਰਕ ਕਰੋ 97 817 71 820।